ਤਾਂ ਮਹਾਰੇ ਸੱਚੇ ਪਾਤਸ਼ਾਹ ਜੀ ਸ਼ਬਦ ਵਰਤਦੇ ਨੇ, ਹਜ਼ੂਰ ਦਾ ਬਚਨ ਆਉਂਦਾ ਖੱਤਰੀ ਸੋ। ਖੱਤਰੀਆਂ ਦਾ ਇੱਕ ਫਿਰਕਾ ਹੈ, ਬੜੀ ਬਹਾਦਰ ਵਰਣ ਇਹਨੂੰ ਮੰਨਿਆ ਕਿ ਇਹਦਾ ਇੱਕੋ ਹੀ ਕੰਮ ਹੁੰਦਾ, ਜੰਗ ਕਰਨੀ, ਆਪਣੇ ਦੇਸ਼ ਦੀ ਰੱਖਿਆ ਕਰਨੀ। ਸੂਰਮੇ ਹੁੰਦੇ ਨੇ, ਬਹਾਦਰ ਹੁੰਦੇ ਨੇ ਇਹਦੇ ਅੰਦਰ, ਉਹਨਾਂ ਨੂੰ ਖੱਤਰੀ ਕਿਹਾ ਜਾਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਬਚਨ ਕਹਿੰਦੇ ਨੇ, ਛੱਤਰੀ ਕੋ ਪੂਤ ਹਾਂ ਬਾਹਮਣ ਕੋ ਨਾਹੀਂ। ਮੈਂ ਕਿਸੇ ਪੇਟ ਪਾਲਣ ਵਾਲੇ ਦਾ ਪੁੱਤਰ ਨਹੀਂ, ਉਸ ਗੁਰੂ ਤੇਗ ਬਹਾਦਰ ਦਾ ਪੁੱਤਰ ਹਾਂ ਜਿਹਨੇ ਮੈਦਾਨੇ ਜੰਗ ਵਿੱਚ ਆਪਣੀ ਤੇਗ ਦੇ ਨਾਲ ਜੌਹਰ ਦਿਖਾਏ ਸਨ। ਅਸਲ ਵਿੱਚ ਛੱਤਰੀ ਸੀ, ਇਕੱਲਾ ਜੰਗ ਨੂੰ ਹੀ ਨਹੀਂ ਜਿੱਤਿਆ, ਉਹਨਾਂ ਨੇ ਮਨ ਨੂੰ ਵੀ ਜਿੱਤਿਆ ਸੀ ਅਤੇ ਇਸ ਤਨ ਨੂੰ ਵੀ ਜਿੱਤਿਆ ਹੋਇਆ ਸੀ।